हाँ जी दोस्तों, जिवें कि तुहानूं पता है कि मान साहब दे बयान अजकल काफ़ी जिन्हां दी तुक नहीं बनदी, कोई इदां दे बयान आ रहे ने जिवें कि जनरल डायर नूं ठंडा करन दी गल करदे आ, कदे भगत सिंह नूं अतवादी दसदे आ, ते कदे कहिंदे इंदिरा गांधी नूं ठंडा कर देना चाहीदा सी सरोपा दे के। सो खैर, ये मैं समझदा कि जिन्हां दी कोई तुक ही नहीं बनदी है, ये इदां दे बयान है, एडे वड्डे लीडर नूं ये बयान देने मैं नहीं समझदा कि शोभ दे होणगे। हाँ जी, सो खैर हुण 84 दे विच मान साहब कित्थे सन? हाँ जी, 83 ਦੇ ਵਿੱਚ ਮਾਨ ਸਾਹਿਬ ਕਿਵੇਂ ਭੱਜਦੇ ਫਿਰੇ ਆ, ਇਹਦੇ ਬਾਰੇ ਤੁਹਾਨੂੰ ਦੱਸਾਂਗੇ ਅੱਜ। ਸੋ ਕਰਦੇ ਹਾਂ ਵੀਡੀਓ ਸ਼ੁਰੂ। ਸੋ ਸਾਰੀ ਵੀਡੀਓ ਨੂੰ ਸੁਣਨਾ ਧਿਆਨ ਨਾਲ ਅਤੇ ਅੱਗੇ ਜ਼ਰੂਰ ਸ਼ੇਅਰ ਕਰਨਾ, ਕਾਫੀ ਗੱਲਾਂ ਤੁਹਾਡੇ ਸਾਹਮਣੇ ਅੱਜ ਖੁੱਲ੍ਹ ਜਾਣੀਆਂ ਨਵੀਆਂ। ਸੋ ਇਹ ਮਾਨ ਸਾਹਿਬ ਦੱਸਦੇ ਆ ਕਿ ਜਦੋਂ 3 ਜੂਨ 1984 ਨੂੰ ਓਪਰੇਸ਼ਨ ਬਲੂ ਸਟਾਰ ਹੋਇਆ ਸੀ ਤਾਂ ਮੈਂ ਆਪਣੇ ਮਾਪਿਆਂ ਦੇ ਘਰ ਬੀਬੀ ਜੀ ਅਤੇ ਡੈਡ ਜੀ ਨਾਲ ਸੀ, ਅਤੇ ਆਪਣੇ ਪਾਪਾ ਨੂੰ ਆਪਣੇ ਪਿਤਾ ਜੀ ਨੂੰ ਡੈਡ ਕਹਿੰਦੇ ਸੀ। ਉਹ ਕਹਿੰਦਾ ਕਿ ਮੈਨੂੰ ਸਰਕਾਰ ਨੇ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਬਾਰੇ ਵਿਭਾਗੀ ਪੜਤਾਲ ਲਈ ਚੰਡੀਗੜ੍ਹ ਸੱਦਿਆ ਹੋਇਆ ਸੀ। ਫਰੀਦਕੋਟ ਵਿਖੇ ਮੇਰੀ ਤਾਇਨਾਤੀ ਇੱਕ ਮਜ਼ਾਕ ਜਿਹਾ ਹੀ ਸੀ, ਕਿਉਂਕਿ ਮੇਰੇ ਕੋਲ ਹਥਿਆਰ ਦੇ ਲਾਇਸੈਂਸ ਦੀ ਸਿਫਾਰਸ਼ ਕਰਨ ਦਾ ਅਧਿਕਾਰ ਤਾਂ ਸੀ ਪਰ ਜਾਰੀ ਕਰਨ ਦਾ ਨਹੀਂ ਸੀ, ਕਿਉਂ ਜੋ ਇਹ ਕੰਮ ਜ਼ਿਲ੍ਹੇ ਦਾ DC ਹੀ ਕਰ ਸਕਦਾ ਸੀ। ਮੈਂ ਸਿਰਫ ਸੀਨੀਅਰ ਸੁਪਰਡੈਂਟ ਆਫ ਪੁਲਿਸ SSP ਹੀ ਸੀ। ਮੈਂ ਹਰਜੀਤ ਸਿੰਘ ਇੰਸਪੈਕਟਰ ਜਨਰਲ IG CID ਪੰਜਾਬ ਦੇ ਦਫ਼ਤਰ ਬੈਠਾ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਜਦੋਂ ਉਹਨਾਂ ਦੀ ਮੇਜ਼ 'ਤੇ ਪਿਆ ਇੱਕ ਫੋਨ ਵੱਜਿਆ ਤਾਂ ਗਵਰਨਰ ਸੁਰਿੰਦਰ ਨਾਥ ਦੇ ਐਡਵਾਈਜ਼ਰ ਨੇ ਕਿਹਾ ਕਿ ਮਾਨ ਪੰਜਾਬ ਵਿੱਚ ਹੈ ਅਤੇ ਇਸ ਵੇਲੇ ਭਿੰਡਰਾਂਵਾਲੇ ਦੇ ਨਾਲ ਹੈ। ਤਾਂ ਅੱਗਿਓਂ ਜਵਾਬ ਆਉਂਦਾ ਬੰਦੇ ਦਾ ਜਿਹਨੇ ਫੋਨ ਚੁੱਕਿਆ, ਉਹ ਕਹਿੰਦਾ ਇਹ ਸੰਭਵ ਨਹੀਂ ਸ਼੍ਰੀਮਾਨ, IG ਨੇ ਜਵਾਬ ਦਿੱਤਾ। ਤੁਹਾਨੂੰ ਕਿਵੇਂ ਪਤਾ? ਦੂਜੇ ਪਾਸਿਓਂ ਆਵਾਜ਼ ਨੇ ਪੁੱਛਿਆ। ਖੈਰ ਗੱਲ ਇਹ ਹੈ ਕਿ ਸਿਮਰਨ ਸਿੰਘ ਮਾਨ ਇਸ ਵੇਲੇ ਮੇਰੀ ਮੇਜ਼ ਦੇ ਸਾਹਮਣੇ ਹੀ ਬੈਠਾ ਹੈ, ਇਸ ਕਰਕੇ ਮੈਂ ਤੁਹਾਨੂੰ ਯਕੀਨ ਦਵਾ ਸਕਦਾ ਹਾਂ ਕਿ ਉਹ ਪਿੰਡਰਾਂਵਾਲੇ ਨਾਲ ਨਹੀਂ ਹੈ। IG ਨੇ ਫੋਨ ਰੱਖਦੇ ਹੋਏ ਉੱਚੀ ਸੁਰ 'ਚ ਕਿਹਾ ਕਿ ਬੜੀ ਵਾਹੀਆਤ ਗੱਲ ਹੈ, ਅਤੇ ਮੇਰੇ ਵੱਲ ਵੇਖਦੇ ਹੋਏ ਕਿਹਾ ਕਿ ਇਹ ਤਾਂ ਹੱਦ ਹੈ ਜ਼ੁਲਮ ਦੀ, ਉਹ ਤੇਰੇ ਪਿੱਛੇ ਪਏ ਹੋਏ ਨੇ। ਤਾਂ ਆਪਣੀ ਪੁੱਛਗਿੱਛ ਤੋਂ ਬਾਅਦ ਮਾਨ ਸਾਹਿਬ ਕਹਿੰਦੇ ਕਿ ਮੈਂ ਕਾਹਲੀ ਦੇ ਨਾਲ ਚੰਡੀਗੜ੍ਹ ਤੋਂ ਸਰਹੰਦ ਨੂੰ ਤੁਰ ਪਿਆ ਤਾਂ ਕਿ ਸ਼ਾਮ ਨੂੰ ਕਰਫਿਊ ਲੱਗਣ ਤੋਂ ਪਹਿਲਾਂ ਮੈਂ ਆਪਣੇ ਮਾਪਿਆਂ ਕੋਲ ਘਰ ਪਹੁੰਚ ਜਾਵਾਂ। ਫੌਜ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਸੀ, ਸਭ ਕੁਝ ਬੰਦ ਸੀ, ਅਤੇ ਕਰਫਿਊ ਲੱਗ ਜਾਣ ਤੋਂ ਬਾਅਦ ਜਿੱਥੇ ਵੀ ਅਸੀਂ ਹੁੰਦੇ ਉੱਥੇ ਹੀ ਕੈਦ ਹੋ ਜਾਣਾ ਸੀ। ਜਿਉਂ ਹੀ ਮੈਂ ਆਪਣੇ ਮਾਪਿਆਂ ਦੇ ਘਰ ਦੀ ਪਾਬੰਦਤਾ ਵਿੱਚ ਪੁੱਜਾ, ਮੈਂ ਖਬਰਾਂ ਸੁਣਨ ਲਈ ਰੇਡੀਓ ਲਾ ਲਿਆ ਅਤੇ ਕਿਸਮ ਦੇ ਵਿੱਚ ਨਹੀਂ ਸੀ, ਸਾਰਾ ਫੋਨ ਸੰਚਾਰ ਕੱਟ ਦਿੱਤਾ ਗਿਆ ਸੀ, ਅਤੇ ਛੇਤੀ ਹੀ ਰੇਡੀਓ BBC ਦੇ ਛਿੱਟ ਪੁੱਟ ਪ੍ਰਸਾਰਣ ਨੂੰ ਛੱਡ ਕੇ ਅਤੇ ਬਿਜਲੀ ਵੀ ਕੱਟ ਹੋ ਜਾਣੇ ਸਨ। ਪੰਜਾਬ ਦੀ ਸਾਰੀ ਦੁਨੀਆ ਨਾਲੋਂ ਪੰਜਾਬ ਕੱਟ ਦਿੱਤਾ ਗਿਆ ਸੀ। ਅਸੀਂ ਅਫਸੋਸਨਾਕ ਹਨੇਰੇ ਵਿੱਚ ਰਾਤ ਦੀ ਰੋਟੀ ਖਾਧੀ ਅਤੇ ਸੌਂ ਗਏ। ਮਾਨ ਸਾਹਿਬ ਕਹਿੰਦੇ ਅਗਲੀ ਸਵੇਰ ਜਦੋਂ ਮੈਂ ਤਿਆਰ ਹੋ ਰਿਹਾ ਸੀ ਤਾਂ BBC ਰੇਡੀਓ ਨੇ ਐਲਾਨ ਕੀਤਾ ਕਿ ਗੋਲਡਨ ਟੈਂਪਲ ਵਿੱਚ ਸਾਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤਾਂ ਕਹਿੰਦਾ ਮੈਂ ਪੂਰੀ ਤਰ੍ਹਾਂ ਸੁੰਨ ਮਸੁੰਨ ਰਹਿ ਗਿਆ ਅਤੇ ਉੱਚੀ ਉੱਚੀ ਰੋਣ ਲੱਗਾ। ਮੈਂ ਆਪਣੇ ਵੱਡੇ ਵੀਰ ਜੀ ਦੀ ਮੌਤ ਤੋਂ ਬਾਅਦ ਕਦੀ ਇਸ ਤਰ੍ਹਾਂ ਨਹੀਂ ਰੋਇਆ ਸੀ। ਰੋਪੜ ਦਾ SSP ਆਲਮ ਜਿਹਨੇ ਮੇਰੇ ਅਧੀਨ ਫਰੀਦਕੋਟ ਵਿੱਚ ਸਿਖਲਾਈ ਲਈ ਸੀ ਅਤੇ ਫਰੀਦਕੋਟ ਵਿੱਚ ਮੁੱਖ ਦਫ਼ਤਰ ਵਿੱਚ ਮੇਰਾ SP ਹੁੰਦਾ ਸੀ, ਸਵੇਰੇ ਸਵੇਰੇ ਕਿਲ੍ਹਾ ਹਰਨਾਮ ਸਿੰਘ ਵਿਖੇ ਆਇਆ ਅਤੇ ਕਹਿਣ ਲੱਗਾ ਕਿ ਸ਼੍ਰੀਮਾਨ ਕਿਰਪਾ ਕਰਕੇ ਮੇਰੀ ਕਾਰ 'ਚ ਬੈਠੋ, ਮੈਂ ਤੁਹਾਨੂੰ ਹਵਾਈ ਅੱਡੇ ਲੈ ਕੇ ਜਾਵਾਂਗਾ ਕਿਉਂਕਿ ਫੌਜ ਤੁਹਾਨੂੰ ਲੱਭ ਰਹੀ ਹੈ। ਤਾਂ ਮੈਂ ਕਾਹਲੀ ਦੇ ਨਾਲ ਮਾਪਿਆਂ ਨੂੰ ਅਲਵਿਦਾ ਕਿਹਾ ਅਤੇ ਉਹਦੀ ਕਾਰ ਵਿੱਚ ਬੈਠ ਗਿਆ ਅਤੇ ਸਿੱਧਾ ਚੰਡੀਗੜ੍ਹ ਹਵਾਈ ਅੱਡੇ ਪਹੁੰਚ ਗਿਆ ਜੋ ਸਰਹੰਦ ਤੋਂ 1 ਘੰਟੇ ਦੀ ਦੂਰੀ 'ਤੇ ਸੀ, ਜਿੱਥੋਂ ਮੈਂ ਦਿੱਲੀ ਦਾ ਜਹਾਜ਼ ਫੜ ਲਿਆ। ਦਿੱਲੀ ਹਵਾਈ ਅੱਡੇ 'ਤੇ ਮੈਂ ਕੁਝ ਵਿਦੇਸ਼ੀ ਅਖਬਾਰ ਖਰੀਦੇ ਜੋ ਗੋਲਡਨ ਟੈਂਪਲ ਉੱਤੇ ਹਮਲੇ ਦੇ ਨਾਲ ਭਰੇ ਪਏ ਸਨ। ਪਰੇਸ਼ਾਨ ਜਿਹਾ ਮੈਂ ਬੰਬਈ ਵਾਪਸ ਆ ਗਿਆ। ਹੁਣ ਮੁੰਬਈ ਤੋਂ ਫਿਰ ਤੁਹਾਡੇ ਸਾਰਿਆਂ ਕੋਲ ਮੇਰੇ ਦਿਮਾਗ ਵਿੱਚ ਖਲਬਲੀ ਮਚੀ ਹੋਈ ਸੀ ਅਤੇ ਮੈਂ ਮਹਿਸੂਸ ਕਰ ਰਿਹਾ ਸੀ ਸ਼ਾਇਦ ਮੈਂ ਅਜਿਹੀ ਸਰਕਾਰ ਦੀ ਸੇਵਾ ਨਾ ਕਰ ਸਕਾਂ ਜਿਹਨੇ ਮੇਰੇ ਲੋਕਾਂ ਨਾਲ ਇਹ ਕੁਝ ਕੀਤਾ ਹੋਵੇ। ਫਿਰ ਮੈਂ ਉਹੀ ਕੀਤਾ ਜੋ ਬੜੇ ਸਿੱਧਗੀ ਸਿੱਖ ਕਰਦੇ ਨੇ, ਮੈਂ ਸੇਧ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੁੜਿਆ। ਮੈਂ ਵਾਕ ਲਿਆ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਸੀ, ਜੋ ਨਰ ਦੁੱਖ ਮੈਂ ਦੁੱਖ ਨਾ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾਕੇ। ਮੈਂ ਆਪਣਾ ਅਸਤੀਫਾ ਤਿਆਰ ਕੀਤਾ ਅਤੇ ਅਗਲੀ ਸਵੇਰ 18 ਜੁਲਾਈ ਨੂੰ ਆਪਣਾ 18 ਜੁਲਾਈ 1984 ਨੂੰ ਭਾਰਤ ਦੇ ਰਾਸ਼ਟਰਪਤੀ ਜੈਲ ਸਿੰਘ ਨੂੰ ਭੇਜ ਦਿੱਤਾ ਅਤੇ ਕਿਹਾ ਕਿ ਉਲਟ ਗੇੜ ਹੈ ਕਿ ਉਹ ਵੀ ਸਿੱਖ ਸੀ, ਗਿਆਨੀ ਜੈਲ ਸਿੰਘ ਜੀ। ਮੈਨੂੰ ਕੋਈ ਜਵਾਬ ਨਾ ਆਇਆ, ਇਸ ਕਰਕੇ ਆਪਣਾ ਅਸਤੀਫਾ ਮਨਜ਼ੂਰ ਕਰਨ ਦੀ ਤਤਪਰਤਾ ਨੂੰ ਸਪਸ਼ਟ ਕਰਦਾ ਇੱਕ ਹੋਰ ਖੱਤ ਲਿਖਿਆ।
ਤਾਂ ਇਸ ਵੇਲੇ ਤੱਕ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ CISF ਤੋਂ ਇੱਕ ਅਫਸਰ ਮੈਨੂੰ ਇਹ ਕਹਿਣ ਲਈ ਪਹੁੰਚ ਗਿਆ ਕਿ ਮੈਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਬੰਬਈ ਵਿਖੇ ਮੇਰੇ ਦਫ਼ਤਰ ਵਿੱਚ ਬਰਖਾਸਤਗੀ ਦਾ ਨੋਟਿਸ ਰਸਮੀ ਤੌਰ 'ਤੇ ਮੈਨੂੰ ਦੇ ਦਿੱਤਾ। ਮੈਂ ਸਦਮੇ ਵਿੱਚ ਪਏ ਆਪਣੇ ਅਮਲੇ ਦੇ ਵਿਚਕਾਰ ਆਪਣਾ ਸਰਵਿਸ ਰਿਵਾਲਵਰ ਜਮ੍ਹਾਂ ਕਰਵਾ ਦਿੱਤਾ, ਜਿਨ੍ਹਾਂ ਵਿੱਚੋਂ ਕੁਝ ਖੁੱਲ੍ਹ ਕੇ ਰੋ ਰਹੇ ਸਨ, ਜਿਵੇਂ ਮੇਰਾ ਨਿੱਜੀ ਸਕੱਤਰ ਸ਼੍ਰੀ ਕੁੱਟੀ ਖੁਦ ਨੂੰ ਸੰਭਾਲ ਹੀ ਨਹੀਂ ਪਾ ਰਿਹਾ ਸੀ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਬਾਹਰ ਨਿਕਲ ਆਇਆ। ਕੁਝ ਦਿਨਾਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇੱਕ ਭਰੋਸੇਯੋਗ ਸਰੋਤ ਤੋਂ ਪਤਾ ਲੱਗਾ ਕਿ ਸਰਕਾਰ ਮੈਨੂੰ ਖਤਮ ਕਰਵਾਉਣਾ ਚਾਹੁੰਦੀ ਹੈ। ਮੈਨੂੰ ਸਰੋਤ 'ਤੇ ਵਿਸ਼ਵਾਸ ਹੋ ਗਿਆ ਕਿਉਂਕਿ ਇਹ ਵਿਅਕਤੀ ਪ੍ਰਧਾਨ ਮੰਤਰੀ ਦੇ ਨੇੜੇ ਸੀ ਅਤੇ ਮੇਰਾ ਵੀ ਪੁਰਾਣਾ ਦੋਸਤ ਸੀ। ਪਰ ਡੈਡ ਜੀ ਨੇ ਫੋਨ ਕੀਤਾ ਅਤੇ ਕਿਹਾ ਕਿ ਮੈਂ ਰੂਹ ਪੋਸ਼ ਹੋ ਜਾਵਾਂ ਕਿਉਂਕਿ ਉਹਨਾਂ ਨੇ ਵੀ ਇਹੀ ਗੱਲ ਸੁਣੀ ਹੈ। ਜਦੋਂ ਮੈਂ ਆਪਣੀ ਪਤਨੀ ਗੀਤਾ ਨੂੰ ਦੱਸਿਆ ਤਾਂ ਉਹ ਡੌਰ ਭੌਰ ਰਹਿ ਗਈ। ਪਰ ਅਖੀਰ ਕਾਫ਼ੀ ਢਿੱਲ ਮੱਠ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਮੈਨੂੰ ਹਾਲ ਦੀ ਘੜੀ ਕਿਤੇ ਦੂਰ ਚਲੇ ਜਾਣਾ ਚਾਹੀਦਾ। ਮੈਂ ਪਹਿਲੇ ਕੁਝ ਦਿਨ ਮਾਲਾਬਾਰ ਹਿੱਲ ਵਿੱਚ ਆਪਣੇ ਘਰ ਦੇ ਨੇੜੇ ਆਪਣੇ ਦੋਸਤ ਦੇ ਘਰ ਬਿਤਾਏ। ਕੁਝ ਦਿਨ ਬਾਅਦ ਕਰਨਲ ਬਲਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਆ ਕੇ ਮੈਨੂੰ ਬਾਂਦਰਾਂ ਵਿੱਚ ਆਪਣੇ ਘਰ ਲੈ ਗਏ, ਕਿਉਂ ਜੋ ਇੱਕੋ ਥਾਂ ਟਿਕੇ ਰਹਿਣਾ ਖਤਰਨਾਕ ਸੀ। ਮੈਨੂੰ ਫਿਰਦੇ ਹੀ ਰਹਿਣਾ ਪੈਣਾ ਸੀ। ਕਰਨਲ ਦੇ ਘਰ ਤੋਂ ਇੱਕ ਟਰਾਂਸਪੋਰਟਰ ਸਰਦਾਰ ਗਿਆਨ ਸਿੰਘ ਮੈਨੂੰ ਫੀਅਟ ਕਾਰ ਦੇ ਵਿੱਚ ਬੰਬਈ ਤੋਂ ਬਾਹਰ ਲੈ ਗਿਆ। ਜਾਂਦੇ ਹੋਏ ਅਸੀਂ ਮਹਾਰਾਸ਼ਟਰ ਦੇ ਦੱਖਣ ਦੇ ਵਿੱਚ ਦੁਪਹਿਰ ਦੇ ਖਾਣੇ ਲਈ ਇੱਕ ਸਿੱਖ ਦੇ ਢਾਬੇ 'ਤੇ ਰੁਕ ਗਏ, ਜੋ ਆਪਣੇ ਢਾਬੇ ਦੇ ਦੋ ਸਿੱਖਾਂ ਨੂੰ ਦੇਖ ਕੇ ਇੰਨਾ ਉਤੇਜਿਤ ਸੀ ਕਿ ਸਾਨੂੰ ਪੁੱਛਣ ਲੱਗਾ ਕਿ ਤੁਸੀਂ ਜਾਣਦੇ ਹੋ ਕਿ ਓਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਬੰਬਈ ਵਿੱਚ ਇੱਕ ਸਿੱਖ IPS ਅਫਸਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ, ਉਹਦੀ ਕਿੰਨੀ ਵੱਡੀ ਕੁਰਬਾਨੀ ਹੈ ਇਹ। ਤਾਂ ਮੈਂ ਕਹਿੰਦਾ ਮਾਨ ਸਾਹਿਬ ਪਰੇਸ਼ਾਨ ਸੀ ਕਿ ਕਿਤੇ ਗਿਆਨ ਸਿੰਘ ਉਤੇਜਨਾ ਵਿੱਚ ਮੇਰੀ ਪਛਾਣ ਜ਼ਾਹਰ ਕਰਕੇ ਕੰਮ ਹੀ ਨਾ ਵਿਗਾੜ ਦੇਵੇ। ਪਰ ਗਿਆਨ ਸਿੰਘ ਨੇ ਇਹਦਾ ਬਿਲਕੁਲ ਜ਼ਿਕਰ ਨਾ ਕੀਤਾ ਕਿ ਜਿਸ IPS ਅਫਸਰ ਦੀ ਉਹ ਗੱਲ ਕਰ ਰਿਹਾ ਉਹ ਅਸਲ ਵਿੱਚ ਉਹਦੇ ਸਾਹਮਣੇ ਬੈਠਾ ਸੀ ਅਤੇ ਅਸੀਂ ਕਾਹਲੀ ਦੇ ਨਾਲ ਖਾਣਾ ਖਾ ਕੇ ਦੱਖਣ ਵੱਲੋਂ ਅੱਗੇ ਤੁਰ ਪਏ। ਗਿਆਨ ਸਿੰਘ ਮੈਨੂੰ ਮੱਧ ਪ੍ਰਦੇਸ਼ ਵਿੱਚ ਭਲਾਈ ਨਾਂ ਦੀ ਥਾਂ 'ਤੇ ਲੈ ਗਿਆ ਸੀ, ਜਿੱਥੋਂ ਮੈਂ ਭਿੰਡਰਾਂ ਵਾਲੇ ਦੇ ਇੱਕ ਪੈਰੋਕਾਰ ਕੋਲ ਠਹਿਰਨਾ ਸੀ ਜੋ ਸਰਕਾਰੀ ਲੋਹ ਖਣਿਜ ਕੰਪਨੀ ਲਈ ਗੈਸਟ ਹਾਊਸ ਚਲਾ ਰਿਹਾ ਸੀ। ਉਹਨੇ ਮੈਨੂੰ ਇੱਕ ਕਮਰਾ ਦੇ ਦਿੱਤਾ ਜੋ ਬੜਾ ਆਰਾਮਦੇਹ ਸੀ, ਪਰ ਮੈਂ ਪਰੇਸ਼ਾਨ ਸੀ ਕਿਉਂਕਿ ਸਰਕਾਰੀ ਅਫਸਰ ਉਸ ਗੈਸਟ ਹਾਊਸ ਦੇ ਵਿੱਚ ਆਉਂਦੇ ਰਹਿੰਦੇ ਸਨ। ਤੋ ਯਾਰ ਮੈਂ ਹੈਰਾਨ ਹੈ ਕਿ ਕਾਫ਼ੀ ਇੰਨਾ ਡਰ ਗਏ ਸੀ ਮਾਨ ਸਾਹਿਬ। ਫਿਰ ਉਹਨੇ ਮੈਨੂੰ ਦੱਸਿਆ ਕਿ ਭਿੰਡਰਾਂ ਵਾਲੇ ਦਾ ਇੱਕ ਸਾਬਕਾ ਸਹਾਇਕ ਰਾਮ ਸਿੰਘ ਵੀ ਆਪਣੀ ਪਤਨੀ ਅਤੇ ਨਿੱਕੀ ਧੀ ਦੇ ਨਾਲ ਉਸੇ ਸ਼ਹਿਰ ਵਿੱਚ ਠਹਿਰਿਆ ਹੋਇਆ ਸੀ। ਕੀ ਮੈਂ ਉਹਨੂੰ ਮਿਲਣਾ ਚਾਹਾਂਗਾ? ਉਹਨੇ ਪੁੱਛਿਆ ਮਾਨ ਸਾਹਿਬ ਨੂੰ। ਤਾਂ ਉਹ ਕਹਿੰਦੇ ਕਿ ਮੈਂ ਉਹਨੂੰ ਜਾਣਦਾ ਨਹੀਂ ਸੀ, ਪਰ ਸੰਤ ਭਿੰਡਰਾਂ ਵਾਲੇ ਦੇ ਜੁੱਟ ਤੋਂ ਕਿਸੇ ਨੂੰ ਮਿਲਣ ਦੀ ਬੜੀ ਖੁਸ਼ੀ ਹੋਣੀ ਸੀ। ਭਾਈ ਰਾਮ ਸਿੰਘ ਪੋਲੀਓ ਕਰਕੇ ਕੁਝ ਲੰਗੜਾ ਕੇ ਤੁਰਦਾ ਸੀ। ਜਦੋਂ ਫੌਜ ਨੇ ਹਮਲਾ ਕੀਤਾ ਸੀ ਉਦੋਂ ਉਹ ਵੀ ਗੋਲਡਨ ਟੈਂਪਲ ਵਿੱਚ ਹੀ ਸੀ। ਘਰ ਦੇ ਦੂਜੇ ਦਿਨ ਇਹ ਮਹਿਸੂਸ ਕਰਦੇ ਹੋਏ ਉਹਨਾਂ ਲਈ ਸਭ ਕੁਝ ਠੀਕ ਠਾਕ ਨਹੀਂ ਰਹਿੰਦਾ ਲੱਗਦਾ, ਤਾਂ ਘੇਰੇ ਦੇ ਦੂਜੇ ਦਿਨ ਜਦੋਂ ਇਹ ਮਹਿਸੂਸ ਹੋਇਆ ਕਿ ਬਹੁਤ ਔਖਾ ਹੋ ਜਾਣਾ ਹੁਣ, ਤਾਂ ਭਿੰਡਰਾਂ ਵਾਲੇ ਨੇ ਰਾਮ ਸਿੰਘ ਨੂੰ ਕਿਹਾ ਕਿ ਉਹ ਇੱਥੋਂ ਨਿਕਲ ਜਾਵੇ ਕਿਉਂਕਿ ਜੇ ਹਾਲਾਤ ਹੋਰ ਵਿਗੜ ਗਏ ਤਾਂ ਲੰਘ ਕਰਕੇ ਉਹਨੂੰ ਇੱਥੋਂ ਨਿਕਲ ਨਹੀਂ ਹੋਣਾ ਉਹਦੇ ਕੋਲੋਂ ਪੋਲੀਓ ਕਰਕੇ। ਇਸ ਕਰਕੇ ਸੰਤ ਅਤੇ ਉਹਨਾਂ ਦੇ ਸਾਥੀਆਂ ਦੇ ਕਤਲੇਆਮ ਤੋਂ ਇੱਕ ਦਿਨ ਪਹਿਲਾਂ ਰਾਮ ਸਿੰਘ ਇੱਕ ਗੁਪਤ ਰਾਹ ਰਾਹੀਂ ਬਾਹਰ ਨਿਕਲ ਗਿਆ ਅਤੇ ਵਾਕਿਆ ਹੀ ਉਹ ਮਸਾਂ ਹੀ ਬਚਿਆ ਸੀ। ਸਿਰਫ ਬਾਅਦ ਵਿੱਚ ਮੇਰੇ ਨਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਣ ਲਈ ਅਤੇ 5 ਸਾਲ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਰਾਮ ਸਿੰਘ ਅਤੇ ਮੈਨੂੰ ਇਕੱਠੇ ਇੱਕ ਹੋਰ ਸਿੱਖ ਦੇ ਘਰ ਠਹਿਰਾ ਗਿਆ। ਇੱਕ ਸਵੇਰ ਉੱਠਣ ਸਾਰ ਹੀ ਮੈਂ ਦੇਖਿਆ ਕਿ ਪੁਲਿਸ ਦੀ ਇੱਕ ਜੀਪ ਗੁਆਂਢੀ ਦੇ ਘਰ ਦੇ ਬਾਹਰ ਖੜ੍ਹੀ ਸੀ। ਰਾਮ ਸਿੰਘ ਨੇ ਪਹਿਲਾਂ ਹੀ ਦੇਖ ਲਈ ਸੀ ਅਤੇ ਬੜਾ ਘਬਰਾਇਆ ਹੋਇਆ ਸੀ। ਉਹਨੂੰ ਯਕੀਨ ਸੀ ਕਿ ਪੁਲਿਸ ਸਾਡੇ ਲਈ ਆਈ ਸੀ, ਤਾਂ ਮੇਰੀ ਸਹਿਜ ਪ੍ਰੇਰਣਾ ਮੈਨੂੰ ਕਹਿ ਰਹੀ ਸੀ ਕਿ ਅਸੀਂ ਸੁਰੱਖਿਅਤ ਹਾਂ। ਇਸ ਕਰਕੇ ਮੈਂ ਰਾਮ ਸਿੰਘ ਨੂੰ ਦਿਲਾਸਾ ਦਿੱਤਾ ਅਤੇ ਅਸਲ ਵਿੱਚ ਹੀ ਪੁਲਿਸ ਦੀ ਜੀਪ ਥੋੜ੍ਹੇ ਚਿਰ ਮਗਰੋਂ ਚਲੀ ਗਈ। ਪਰ ਫੈਸਲਾ ਇਹ ਹੋਇਆ ਕਿ ਸਾਨੂੰ ਹੁਣ ਇੱਥੋਂ ਵੀ ਚਲੇ ਜਾਣਾ ਚਾਹੀਦਾ। ਰਾਮ ਸਿੰਘ ਅਤੇ ਮੈਂ ਐਵੇਂ ਹੀ ਇਕੱਠੇ ਹੋ ਕੇ ਲੱਗਦੇ ਸੀ, ਤਾਂ ਮੱਧ ਪ੍ਰਦੇਸ਼ ਵਿੱਚ ਭਲਾਈ ਤੋਂ ਅਸੀਂ ਆਪਣੇ ਪਿੱਛੇ ਨੂੰ ਨਾਗਪੁਰ ਆ ਗਏ। ਨਾਗਪੁਰ ਵਿਖੇ ਸਾਨੂੰ ਇੱਕ ਸਿੱਖ ਟਰਾਂਸਪੋਰਟਰ ਨੇ ਟਿਕਾਣਾ ਦਿੱਤਾ। ਤਾਂ ਜਦੋਂ ਮੈਨੂੰ ਪਤਾ ਲੱਗਾ ਕਿ ਇੰਦਰਾ ਗਾਂਧੀ ਨਾਗਪੁਰ ਆ ਰਹੀ ਸੀ, ਤਾਂ ਮੈਂ ਮਹਿਸੂਸ ਕੀਤਾ ਕਿ ਸਾਡਾ ਇੱਥੇ ਰਹਿਣਾ ਵੀ ਸੁਰੱਖਿਅਤ ਨਹੀਂ ਰਹੇਗਾ ਕਿਉਂਕਿ ਸੁਰੱਖਿਆ ਬਹੁਤ ਵਧਾ ਦਿੱਤੀ ਜਾਵੇਗੀ ਅਤੇ ਅਸੀਂ ਸੌਖੇ ਹੀ ਫੜੇ ਜਾਵਾਂਗੇ। ਇਸ ਕਰਕੇ ਮੈਂ ਰਾਮ ਸਿੰਘ ਨੂੰ ਨਾਗਪੁਰ ਛੱਡਣ ਲਈ ਮਨਾ ਲਿਆ। ਅਸੀਂ ਉਹਦੀ ਪਤਨੀ ਅਤੇ ਨਿੱਕੀ ਧੀ ਨੂੰ ਪੰਜਾਬ ਦੀ ਗੱਡੀ ਚੜ੍ਹਾ ਦਿੱਤਾ ਅਤੇ ਆਪ ਪੱਛਮੀ ਬੰਗਾਲ ਦੇ ਵਿੱਚ ਆਸਨਸੋਲ ਦੀ ਗੱਡੀ ਫੜ ਲਈ, ਜਿੱਥੋਂ ਅਸੀਂ ਥੋੜ੍ਹੀ ਦੇਰ ਰਹੇ ਜਿੱਥੇ ਆਸਨਸੋਲ, ਫਿਰ ਕਲਕੱਤੇ ਚਲੇ ਗਏ। ਕਲਕੱਤੇ ਵਿੱਚ ਇੱਕ ਸਥਾਨਕ ਸਿੱਖ ਆਗੂ ਕਮਿੱਕਰ ਸਿੰਘ ਨੇ ਸਾਡੀ ਸੁਰੱਖਿਆ ਦਾ ਜ਼ਿੰਮਾ ਲਿਆ, ਸਾਨੂੰ ਪਨਾਹ ਦਿੱਤੀ।
ਜਦੋਂ ਮੈਂ ਕਲਕੱਤੇ ਸੀ ਤਾਂ ਮੇਰੇ ਦਿੱਲੂ ਭੈਣ ਜੀ ਮੈਨੂੰ ਮਿਲਣ ਆਏ। ਮੈਂ ਮਹਿਸੂਸ ਕੀਤਾ ਕਿ ਮੈਨੂੰ ਅਜਿਹੀ ਹਾਲਤ ਵਿੱਚ ਮਿਲਣ ਲਈ ਉਹਨਾਂ ਦਾ ਚੰਡੀਗੜ੍ਹ ਤੋਂ ਇੱਥੇ ਆਉਣਾ ਬੜੀ ਬਹਾਦਰੀ ਦੀ ਗੱਲ ਸੀ। ਉਹ ਇੱਕ ਦੋਸਤ ਅਤੇ ਉਹਦੀ ਪਤਨੀ ਕੋਲ ਰੁਕੇ ਜੋ ਚਾਹ ਦੀ ਕਾਸ਼ਤ ਕਰਦਾ ਸੀ। ਕੁਝ ਦਿਨ ਲਈ ਉਹਨਾਂ ਦਾ ਮੇਰੇ ਨੇੜੇ ਰਹਿਣਾ ਬੜਾ ਲੁਭਾਉਣਾ ਸੀ। ਮੈਂ ਘਰ ਵਿੱਚ ਆਪਣੇ ਪਰਿਵਾਰ ਅਤੇ ਜੀਵਨ ਦੀ ਬੜੀ ਘਾਟ ਮਹਿਸੂਸ ਕਰ ਰਿਹਾ ਸੀ। ਕਿਸੇ ਭਗੌੜੇ ਵਾਂਗ ਭੱਜੇ ਫਿਰਨਾ ਵੀ ਕੋਈ ਸੁਖਾਲਾ ਨਹੀਂ ਸੀ। ਆਉਣ ਵਾਲੇ ਸਾਲਾਂ ਵਿੱਚ ਮੇਰੀ ਭੈਣ ਹੀ ਮੇਰੀ ਸਭ ਤੋਂ ਵੱਡੀ ਸਾਥੀ ਅਤੇ ਤਾਕਤ ਦਾ ਥੰਮ ਰਹੀ। ਅਗਲੇ 5 ਸਾਲ ਉਹ ਮੇਰੇ ਕਾਜ ਲਈ ਭੱਜੀ ਫਿਰਦੀ ਰਹੀ ਅਤੇ ਅਦਾਲਤ ਵਿੱਚ ਮੇਰੀ ਪੇਸ਼ੀ ਵੇਲੇ ਮੇਰੇ ਨਾਲ ਹੋਣ ਦਾ ਮੌਕਾ ਕਦੇ ਨਹੀਂ ਖੁੰਝਾਇਆ ਉਹਨੇ, ਅਤੇ ਜੇਲ੍ਹ ਵਿੱਚ ਵੀ ਮੇਰੇ ਕੋਲ ਆਉਂਦੀ ਰਹੀ। ਕਲਕੱਤੇ ਵਿੱਚ ਮੇਰਾ ਸਾਡੂ ਕੈਪਟਨ ਅਮਰਿੰਦਰ ਸਿੰਘ ਵੀ ਮੈਨੂੰ ਮਿਲਣ ਆਇਆ ਸੀ, ਪਰ ਮੈਂ ਉਹਨੂੰ ਮਿਲਿਆ ਨਹੀਂ ਸੀ। ਉਹਨੂੰ ਮਿਲਣ ਕਰਕੇ ਮੈਂ ਖਤਰੇ ਵਿੱਚ ਪੈ ਜਾਣਾ ਸੀ, ਪਰ ਉਹ ਮੇਰੇ ਲਈ 10,000 ਰੁਪਇਆ ਉੱਥੇ ਛੱਡ ਗਿਆ ਸੀ, ਜੋ ਕਿ ਵੱਡੀ ਮਦਦ ਸੀ ਅਤੇ ਉਸ ਵੇਲੇ ਇੱਕ ਵੱਡੀ ਰਕਮ ਵੀ। ਕਰੀਬ 2 ਮਹੀਨੇ ਤੱਕ ਮੈਂ ਕਲਕੱਤੇ ਵਿੱਚ ਸੁਰੱਖਿਅਤ ਘਰ ਤੋਂ ਦੂਜੇ ਵਿੱਚ ਜਾਂਦਾ ਰਿਹਾ, ਇੱਕ ਘਰ ਤੋਂ ਦੂਜੇ ਵਿੱਚ। ਕਈ ਵਾਰੀ ਧਨਾੜ ਸਿੱਖ ਟਰਾਂਸਪੋਰਟਰਾਂ ਤਸਕਰਾਂ ਦੇ ਮਹਿਮਾਨ ਵਜੋਂ ਰਹਿੰਦਾ ਰਿਹਾ, ਅਤੇ ਇੱਕ ਵਾਰੀ ਇੱਕ ਸਿੱਖ ਇੰਜੀਨੀਅਰ ਨਾਲ ਰੇਲਵੇ ਕਲੋਨੀ ਵਿੱਚ ਵੀ ਰਿਹਾ। ਉਸ ਵੇਲੇ ਮੈਟਰੋ ਅਜੇ ਬਣ ਰਹੀ ਸੀ, ਬਹੁਤੇ ਠੇਕੇਦਾਰ ਸਿੱਖ ਸਨ, ਜਿਸ ਕਰਕੇ ਮੇਰਾ ਉਹਨਾਂ ਨਾਲ ਰਹਿਣਾ ਸੁਰੱਖਿਅਤ ਸੀ। ਜਿਨ੍ਹਾਂ ਇਲਾਕਿਆਂ ਵਿੱਚ ਮੈਨੂੰ ਰੱਖਿਆ ਗਿਆ ਉਹਨਾਂ ਵਿੱਚੋਂ ਇੱਕ ਬੇਸਵਾਵਾਂ ਦਾ ਗੜ੍ਹ ਸੀ, ਅਤੇ ਜਦੋਂ ਮੈਂ ਸੈਰ ਲਈ ਬਾਹਰ ਨਿਕਲਦਾ ਤਾਂ ਉਹ ਮੈਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀਆਂ। ਮੈਂ ਦੂਜੇ ਪਾਸੇ ਮੂੰਹ ਫੇਰ ਲੈਂਦਾ ਅਤੇ ਤੇਜ਼ ਕਦਮਾਂ ਦੇ ਨਾਲ ਆਪਣੀ ਨਿੱਕੀ ਜਿਹੀ ਆਰਜ਼ੀ ਪਨਾਹ ਦੀ ਓਟ ਲੈ ਲੈਂਦਾ। ਇੱਕ ਸ਼ਾਮ ਨੂੰ ਇੱਕ ਸਿੱਖ ਮਰਚੈਂਟ ਨੇਵੀ ਅਫਸਰ ਨੇ ਮੈਨੂੰ ਕਲੱਬ ਵਿੱਚ ਸੱਦਾ ਦਿੱਤਾ। ਮੈਂ ਗਿਆ, ਉਹਨੇ ਮੈਨੂੰ ਮੇਰਾ ਘਰ ਅਤੇ ਮੇਰਾ ਪਿਛਲਾ ਜੀਵਨ ਹੀ ਚੇਤੇ ਕਰਾਇਆ। ਉਸ ਰਾਤ ਮੈਂ ਆਪਣੇ ਨਿੱਕੇ ਜਿਹੇ ਕਮਰੇ ਵਿੱਚ ਬੜੇ ਦੁਖੀ ਮਨ ਦੇ ਨਾਲ ਪਰਤਿਆ, ਅਤੇ ਮੈਨੂੰ ਪੂਰਾ ਯਕੀਨ ਸੀ ਕਿ ਮੈਂ ਘਰ ਨਹੀਂ ਜਾ ਸਕਣਾ ਜਾਂ ਫਿਰ ਉਸ ਤਰ੍ਹਾਂ ਦਾ ਜੀਵਨ ਹੀ ਨਹੀਂ ਜੀ ਸਕਣਾ ਜਿਹਦਾ ਮੈਂ ਆਦੀ ਸੀ। ਫਿਰ ਮੈਂ ਚਰਨ ਸਿੰਘ ਦੇ ਫਲੈਟ ਵਿੱਚ ਚਲਾ ਗਿਆ। ਮੇਰਾ ਇੱਕ ਸਹਿ ਦੋਸ਼ੀ ਜੋ ਮੇਰੇ ਨਾਲ ਜੋਗ ਬਣੀ ਵਿਖੇ ਨੇਪਾਲ ਜਾਣ ਦੀ ਕੋਸ਼ਿਸ਼ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਫੜਿਆ ਗਿਆ ਸੀ, ਜੋ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਨਾਲ ਲੱਗਵਾਂ ਸੀ, ਮੈਂ ਮਹਿਸੂਸ ਕੀਤਾ ਕਿ ਮੈਂ ਇੱਥੇ ਸਭ ਤੋਂ ਸੁਰੱਖਿਅਤ ਸੀ। ਕਿਉਂ? ਜੋ ਮੈਂ ਇਸੇ ਸਿਸਟਮ ਦਾ ਹਿੱਸਾ ਰਿਹਾ ਹਾਂ, ਅਤੇ ਮੈਨੂੰ ਪਤਾ ਸੀ ਕਿ ਉਹ ਮੈਨੂੰ ਕਦੇ ਵੀ ਐਨ ਆਪਣੀ ਨੱਕ ਹੇਠ ਨਹੀਂ ਲੱਭਣਗੇ। ਮੈਂ ਸਿਸਟਮ ਨੂੰ ਠੁੱਠ ਦਿਖਾ ਰਿਹਾ ਸੀ। ਸਾਨੂੰ ਕਲਕੱਤੇ ਵਿੱਚ ਕਰੀਬ 3 ਮਹੀਨੇ ਹੋ ਚੁੱਕੇ ਸਨ ਜਦੋਂ ਅਸੀਂ ਸੁਣਿਆ ਕਿ ਦਿੱਲੀ ਵਿੱਚ ਇਹਦੇ ਅੰਗ ਰੱਖਿਅਕਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਸੀ, ਅਤੇ 31 ਅਕਤੂਬਰ 1984 ਦਾ ਦਿਨ ਸੀ, ਅਤੇ ਮੈਂ ਚਰਨ ਸਿੰਘ ਦੇ ਫਲੈਟ ਵਿੱਚ ਬੈਠਾ ਸੀ। ਜਦੋਂ ਉਹਦੀ ਮੌਤ ਦੀ ਖਬਰ ਆਉਣ ਲੱਗੀ ਤਾਂ ਮੈਂ ਬੰਬਈ ਵਿੱਚ ਆਪਣੇ ਪੱਤਰਕਾਰ ਦੋਸਤ ਨੂੰ ਫੋਨ ਕੀਤਾ, ਜਿਹਨੇ ਖਬਰ ਦੀ ਪੁਸ਼ਟੀ ਕਰ ਦਿੱਤੀ। ਮੇਰਾ ਪਹਿਲਾ ਫੁਰਨਾ ਇਹੀ ਸੀ ਕਿ ਇੰਦਰਾ ਗਾਂਧੀ ਤਲਵਾਰ ਦੇ ਸਿਰ 'ਤੇ ਜਿਉਂਦੀ ਰਹੀ ਅਤੇ ਅਖੀਰ ਤਲਵਾਰ ਨਾਲ ਹੀ ਮਰੀ ਗਈ। ਗੱਲ ਇਹੀ ਸੀ। ਫਿਰ ਪੂਰੇ ਜ਼ੋਰ ਸ਼ੋਰ ਦੇ ਨਾਲ ਸਿੱਖਾਂ ਦੇ ਖਿਲਾਫ ਕਤਲੇਆਮ ਸ਼ੁਰੂ ਹੋ ਗਏ। ਸਿੱਖਾਂ ਦੇ ਵਹਿਸ਼ੀ ਕਤਲਾਂ ਅਤੇ ਮਾਸੂਮਾਂ ਨਾਲ ਜਬਰ ਜਨਾਹ ਵੀ ਅੱਗ ਭੜਕਾਉਣ ਦੇ ਲਈ ਜ਼ਿੰਮੇਵਾਰ ਬਹੁਤ ਸਾਰੇ ਕਾਂਗਰਸੀ ਸਨ। ਖੂਨ ਦੀ ਹੋਲੀ ਸ਼ੁਰੂ ਹੋ ਗਈ ਸੀ। ਹਿੰਦੂ ਖੁੱਲ੍ਹਾ ਐਲਾਨ ਕਰ ਰਹੇ ਸਨ ਕਿ ਖੂਨ ਦਾ ਬਦਲਾ ਖੂਨ। ਅਖੀਰ ਮੇਰੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਲੋਕਾਂ ਨੇ ਸਮੇਤ ਸਥਾਨਕ ਗੁਰਦੁਆਰੇ ਦੇ ਮੁਖੀ ਅਤੇ ਮਗਰੋਂ ਮੇਰੇ ਸਹਿਦੋਸ਼ੀ ਅਤੇ ਸਹਿ ਕੈਦੀ ਕਮਿੱਕਰ ਸਿੰਘ ਨੇ ਫੈਸਲਾ ਕੀਤਾ ਕਿ ਹੁਣ ਮੇਰੇ ਲਈ ਕਲਕੱਤਾ ਸੁਰੱਖਿਅਤ ਨਹੀਂ ਰਿਹਾ ਸੀ, ਅਤੇ ਦੇਰ ਸਵੇਰ ਪੁਲਿਸ ਨੇ ਮੈਨੂੰ ਲੱਭ ਹੀ ਲੈਣਾ। ਇਸ ਕਰਕੇ ਇੱਕ ਵਿਉਂਤ ਬਣਾਈ ਗਈ ਬਚ ਨਿਕਲਣ ਦੀ, ਇੱਕ ਵੱਡੀ ਯੋਜਨਾ। ਮੈਨੂੰ ਦੇਸ਼ ਤੋਂ ਨੇਪਾਲ ਵਿੱਚ ਚੋਰੀ ਛੁਪੇ ਲਿਜਾਇਆ ਜਾਣਾ ਸੀ, ਅਤੇ ਫਿਰ ਬੰਗਲਾਦੇਸ਼ ਰਾਹੀਂ ਯੂਰਪ ਨੂੰ ਅਤੇ ਉੱਥੋਂ ਅਖੀਰ ਅਮਰੀਕਾ ਨੂੰ, ਜਿੱਥੇ ਇਹ ਸੋਚਿਆ ਗਿਆ ਸੀ ਕਿ ਅਖੀਰ ਮੈਂ ਆਜ਼ਾਦ ਹੋ ਜਾਵਾਂਗਾ। ਸਿੱਖ ਮਹਿਸੂਸ ਕਰਦੇ ਸੀ ਕਿ ਉਹ ਬਿਨਾਂ ਕਿਸੇ ਅੜਿੱਕੇ ਦੇ ਇਹ ਕਰ ਲੈਣਗੇ। 29 ਨਵੰਬਰ 1984 ਨੂੰ ਕਮਿੱਕਰ ਸਿੰਘ, ਚਰਨ ਸਿੰਘ, ਰਾਮ ਸਿੰਘ, ਜਸਪਾਲ ਸਿੰਘ ਗੋਰਖਾ ਅਤੇ ਮੈਂ ਸਵੇਰੇ 5 ਵਜੇ ਵਿੱਲੀ ਜੀਪ ਵਿੱਚ ਨਿਕਲ ਪਏ। ਗੋਰਖੇ ਨੂੰ ਨਾਲ ਇਸ ਲਈ ਲਿਆ ਸੀ ਕਿਉਂਕਿ ਉਹ ਟਰਾਂਸਪੋਰਟਰ ਸੀ ਅਤੇ ਕਈ ਚੀਜ਼ਾਂ ਦਾ ਬਰਾਮਦਕਾਰ ਵੀ, ਅਤੇ ਕਾਠਮੰਡੂ ਦੇ ਛੋਟੇ ਮੋਟੇ ਰਾਹਾਂ ਤੋਂ ਵਾਕਫ ਗਈ ਸੀ। ਦਿਨ ਢਲਣ ਨੂੰ ਸੀ, ਅਸੀਂ ਸਰਹੱਦ ਨੇੜੇ ਪਹੁੰਚ ਗਏ ਸੀ। ਅਸੀਂ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਵਿੱਚ ਜੋਗਬਨੀ ਵਿਖੇ ਨਿੱਕੀ ਜਿਹੀ ਚੌਂਕੀ 'ਤੇ ਪਹੁੰਚ ਗਏ ਸੀ। ਮੈਂ ਬਿਹਾਰ ਤੋਂ ਸਰਹੱਦ ਪਾਰ ਕਰਨ ਬਾਰੇ ਵਧੇਰੇ ਚਿੰਤਾਤੁਰ ਸੀ, ਯਾਨੀ ਕਿ ਚਿੰਤਾ ਵਿੱਚ ਸੀਗਾ ਨਾ ਮੈਂ ਉਦੋਂ, ਤਾਂ ਕਿਉਂਕਿ ਇਹ ਕਾਂਗਰਸ ਹਕੂਮਤ ਵਾਲਾ ਰਾਜ ਸੀ ਅਤੇ ਮੈਂ ਮਹਿਸੂਸ ਕਰਦਾ ਸੀ ਕਿ ਇੱਥੇ ਚੌਕਸੀ ਬਹੁਤ ਜ਼ਿਆਦਾ ਹੋਵੇਗੀ। ਦੂਜੇ ਪਾਸੇ ਕਮਿਊਨਿਸਟ ਹਕੂਮਤ ਵਾਲਾ ਪੱਛਮੀ ਬੰਗਾਲ ਸਿੱਖਾਂ ਦੇ ਕਤਲਿਆਂ ਤੋਂ ਬਾਅਦ ਵਧੇਰੇ ਹਮਦਰਦ ਹੋਣਾ ਸੀ, ਅਤੇ ਉੱਥੋਂ ਨੇਪਾਲ ਨੂੰ ਨਿਕਲਣਾ ਸੁਖਾਲਾ ਹੋਣਾ ਸੀ, ਪਰ ਮੇਰੀ ਨਹੀਂ ਮੰਨੀ ਗਈ ਅਤੇ ਇਸ ਕਰਕੇ ਅਸੀਂ ਹੁਣ ਬਿਹਾਰ ਦੀ ਸਰਹੱਦ 'ਤੇ ਸੀ। ਨਿੱਕੇ ਜਿਹੇ ਸਰਹੱਦੀ ਪਿੰਡ ਵਿੱਚ ਬਿਜਲੀ ਨਹੀਂ ਸੀ, ਪੇਂਡੂਆਂ ਨੇ ਆਪਣੀਆਂ ਲਾਲਟੈਣਾਂ ਮਚਾਈਆਂ ਹੋਈਆਂ ਸਨ। ਗੋਰਖਾ ਜੀਪ ਚਲਾ ਰਿਹਾ ਸੀ ਅਤੇ ਅਸੀਂ ਪਿੰਡ ਪਾਰ ਕਰਕੇ ਨੇਪਾਲ ਤੋਂ ਭਾਰਤ ਨੂੰ ਵੱਖ ਕਰਨ ਵਾਲੀ ਬੈਰੀਅਰ ਚੌਂਕੀ 'ਤੇ ਪਹੁੰਚ ਗਏ। ਤਾਂ ਬੈਰੀਅਰ ਚੌਂਕੀ 'ਤੇ ਕੋਈ ਬੰਦਾ ਨਹੀਂ ਲੱਗਦਾ ਸੀ, ਅਤੇ ਖੁਸ਼ੀ ਦੀ ਗੱਲ ਇਹ ਸੀ ਕਿ ਚਾਹ ਰਾਹ ਖੁੱਲ੍ਹਾ ਸੀ ਅਤੇ ਸਾਨੂੰ ਉਡੀਕ ਰਿਹਾ ਸੀ ਕਿ ਅਸੀਂ ਚੁੱਪ ਕਰਕੇ ਸਿੱਧੇ ਨਿਕਲ ਜਾਈਏ। ਮੈਂ ਮਨ 'ਚ ਅਰਦਾਸ ਕੀਤੀ। ਜਦੋਂ ਅਸੀਂ ਲੰਘ ਰਹੇ ਸਾਂ ਤਾਂ ਆਵਾਜ਼ ਆਈ, ਰੁਕੋ ਰੁਕੋ, ਅਤੇ ਇਕੱਲਾ ਸੰਤਰੀ ਗਾਰਡ ਦੇ ਕਮਰੇ ਵਿੱਚੋਂ ਭੱਜਿਆ ਆਇਆ।
ਗੋਰਖਾ ਘਬਰਾ ਗਿਆ ਤੇ ਉਹਨੇ ਪੁਰਾਣੀ ਜਿਹੀ ਜੀਪ ਦੇ ਬ੍ਰੇਕ ਦੱਬ ਕੇ ਚੀਕਾਂ ਕਢਾਤੀਆਂ ਤੇ ਬਸ ਕੰਮ ਖਤਮ। ਸਾਫ ਸੀ, ਸਾਨੂੰ ਉਹਨੇ ਪਛਾਣ ਲਿਆ ਸੀ। ਸੰਤਰੀ ਸਾਨੂੰ ਇੱਕ ਨਿੱਕੇ ਜਿਹੇ ਕਮਰੇ 'ਚ ਲੈ ਗਿਆ ਤੇ ਵਾਇਰਲੈਸ ਰੇਡੀਓ ਕੋਲ ਗਿਆ ਤੇ ਮੈਂ ਭੇਸ ਨਹੀਂ ਬਦਲਿਆ ਹੋਇਆ ਸੀ, ਵਾਕਈ ਮੂਰਖਤਾ ਸੀ ਮੇਰੀ ਕਹਿੰਦਾ ਹੈ, ਪਰ ਮੇਰੀ ਤਸਵੀਰ ਜ਼ਰੂਰ ਸਰਹੱਦੀ ਚੌਂਕੀਆਂ ਅਤੇ ਹਵਾਈ ਅੱਡਿਆਂ 'ਤੇ ਫਲੈਸ਼ ਕਰ ਦਿੱਤੀ ਗਈ ਹੋਣੀ ਹੈ, ਇਸ ਕਰਕੇ ਪੁਲਿਸ ਜ਼ਰੂਰ ਮੁਸਤੈਦ ਹੋਣੀ। ਤਾਂ ਉਹ ਕਹਿੰਦਾ ਕਿ ਅਸੀਂ ਇੰਤਜ਼ਾਰ ਕਰ ਰਹੇ ਸੀ ਤਾਂ ਮੈਂ ਮਨ ਬਣਾਇਆ ਕਿ ਇੱਥੋਂ ਬੜਾ ਸੁਖਾਲਾ ਭੱਜਿਆ ਜਾ ਸਕਦਾ। ਸਰਹੱਦ ਐਨ ਪੱਥਰ ਦੀ ਮਾਰ ਜਿੰਨੀ ਦੂਰ ਸੀ ਅਤੇ ਉਸ ਵੇਲੇ ਉੱਥੇ ਸਿਰਫ ਇੱਕੋ ਪੁਲਿਸੀਆ ਸੀ ਅਤੇ ਉਹ ਵਾਇਰਲੈਸ ਵਿੱਚ ਉੜਦਿਆ ਹੋਇਆ ਸੀ। ਮੈਂ ਬਾਕੀਆਂ ਨੂੰ ਕਿਹਾ, ਪਰ ਰਾਮ ਸੀ ਕਹਿਣ ਲੱਗਾ ਕਿ ਜੇ ਮੈਂ ਨਿਕਲ ਗਿਆ ਤਾਂ ਪੁਲਿਸ ਨੇ ਉਹਨੂੰ ਜ਼ਰੂਰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦੇਣਾ, ਕਿਉਂਕਿ ਆਪਣੀ ਅਪੰਗਤਾ ਕਾਰਨ ਉਦੋਂ ਭੱਜ ਬਿਲਕੁਲ ਨਹੀਂ ਹੋਣਾ। ਮੈਂ ਬੈਠ ਗਿਆ ਅਤੇ ਸਭ ਕੁਝ ਕਿਸਮਤ ਦੇ ਭਰੋਸੇ ਛੱਡਤਾ। ਜਦੋਂ ਹੋਰ ਕੁਮਕ ਪਹੁੰਚ ਗਈ ਪੁਲਿਸ ਦੀ ਤਾਂ ਪੁਲਿਸ ਸਾਨੂੰ ਸਥਾਨਕ ਥਾਣੇ ਵਿੱਚ ਲੈ ਗਈ ਅਤੇ ਰਾਤ ਅਸੀਂ ਉੱਥੇ ਕੱਟੀ। ਦੂਜੇ ਦਿਨ ਸਾਨੂੰ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਹਨੇ ਪੁਲਿਸ ਰਿਮਾਂਡ ਦੇ ਦਿੱਤਾ। ਸਾਨੂੰ ਪਹਿਰੇ ਵਿੱਚ ਲਿਜਾਂਦਾ ਗਿਆ ਅਤੇ ਇੱਕ ਪੇਂਡੂ ਰੈਸਟ ਹਾਊਸ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ। ਫਿਰ ਪੁੱਛਗਿੱਛ ਸ਼ੁਰੂ ਹੋਈ ਤਾਂ ਸਾਨੂੰ ਬੰਨ ਲਿਆ ਗਿਆ। ਖਾਸ ਤੌਰ 'ਤੇ ਮੇਰੀ ਪੁੱਛਗਿੱਛ ਵਾਸਤੇ ਦਿੱਲੀ ਤੋਂ ਇੰਟੈਲੀਜੈਂਸ ਦੇ ਬੰਦੇ ਪਹੁੰਚ ਗਏ। ਮੈਂ ਉਹਨਾਂ ਨੂੰ ਜੋ ਘੱਟੋ ਘੱਟ ਦੱਸ ਸਕਦਾ ਸੀ ਦੱਸਿਆ। ਉਹ ਸਾਰਾ ਵੇਰਵਾ ਚਾਹੁੰਦੇ ਸੀ ਕਿ ਮੈਂ ਕਿੱਥੇ ਠਹਿਰਿਆ, ਮੈਂ ਕਿਸ ਕਿਸੇ ਨੂੰ ਮਿਲਿਆ ਆਦਿ ਆਦਿ। ਆਪਣੇ ਪੱਖੋਂ ਕਿਸੇ ਹੋਰ ਮੁਸੀਬਤ ਵਿੱਚ ਨਾ ਪਾਉਣਾ ਚਾਹੁੰਦੇ ਹੋਏ ਮੈਂ ਚੁੱਪ ਹੀ ਰਿਹਾ, ਭਾਵੇਂ ਕਿ ਮੇਰੇ ਕੁਝ ਘਸੋਨਾ ਵੀ ਵੱਜੇ। ਉਹ ਕਹਿੰਦਾ, ਜਦੋਂ ਮੈਨੂੰ ਫਿਰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਤਾਂ ਮੈਂ ਕਿਹਾ ਕਿ ਮੈਨੂੰ ਮੇਰਾ ਵਕੀਲ ਚਾਹੀਦਾ। ਤਾਂ ਮੈਜਿਸਟਰੇਟ ਕਹਿੰਦਾ ਕਿ ਮਾਫ਼ ਕਰਨਾ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਫਿਰ ਰਾਮ ਸਿੰਘ, ਚਰਨ ਸਿੰਘ ਅਤੇ ਗੋਰਖੇ ਨੂੰ ਸਾਡੇ ਕੋਲੋਂ ਵੱਖਰਾ ਕਰ ਲਿਆ ਗਿਆ ਅਤੇ ਰੱਬ ਜਾਣੇ ਉਹ ਕਿੱਥੇ ਉਹਨਾਂ ਨੂੰ ਲੈ ਕੇ ਕਿੱਥੇ ਨਹੀਂ। ਕਮਿੱਕਰ ਸਿੰਘ ਅਤੇ ਮੈਨੂੰ ਇੱਕ ਵੱਖਰੀ ਮੋਟਰ ਵਿੱਚ ਲੈ ਤੁਰੇ, ਜਦੋਂ ਕਹਿੰਦਾ ਸਾਨੂੰ ਜੀਪ ਵਿੱਚ ਲਿਜਾਇਆ ਜਾ ਰਿਹਾ ਸੀ। ਰੱਬ ਜਾਣੇ ਕਿੱਥੇ, ਤਾਂ ਕਹਿ ਲਈਏ ਵੀ ਜੀਪ ਇੱਕ ਬਾਂਸਣੀ ਝਿੜੀ ਨੇੜੇ ਰੁਕੀ ਅਤੇ ਮੈਨੂੰ ਧੂ ਕੇ ਜੀਪ 'ਚੋਂ ਕੱਢਿਆ ਅਤੇ ਝਿੜੀ 'ਚ ਲੈ ਗਏ। ਇੱਕ ਪੁਲਿਸੀਏ ਨੇ ਕਿਹਾ ਕਿ ਉਹ ਮੇਰੇ ਗੋਲੀ ਮਾਰਨ ਲੱਗੇ ਹਾਂ ਅਤੇ ਮਾਰ ਵੀ ਦੇਣੀ ਸੀ। ਜੇ ਬਿਹਾਰ ਆਰਮਡ ਕਾਂਸਟੇਬਲਰੀ ਦਾ ਇੱਕ ਹਿਮਾਚਲੀ ਸਾਬਕਾ ਫੌਜੀ ਇਹ ਕਹਿ ਕੇ ਇਨਕਾਰ ਨਾ ਕਰ ਦਿੰਦਾ ਕਿ ਮੈਂ ਉਹਦੇ ਇਲਾਕੇ ਦਾ ਸੀ ਅਤੇ ਉਹਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੀ ਇਹ ਕੰਮ ਕਰਨ ਨੂੰ, ਕਿ ਉਹ ਮੇਰੇ ਗੋਲੀ ਮਾਰੇ। ਬਾਕੀ ਵੀ ਢਿੱਲੇ ਪੈ ਗਏ ਫਿਰ ਅਤੇ ਮੈਨੂੰ ਸਦਮੇ ਦੀ ਹਾਲਤ ਵਿੱਚ ਹੱਥਕੜੀ ਸਮੇਤ ਮੁੜ ਜੀਪ 'ਚ ਬਿਠਾ ਲਿਆਂਦਾ। ਅਗਲੀ ਸਵੇਰ ਕਮਿੱਕਰ ਅਤੇ ਮੈਨੂੰ ਇੱਕ ਹਵਾਈ ਪੱਟੀ 'ਤੇ ਲਿਜਾਇਆ ਗਿਆ ਜਿੱਥੇ ਇੱਕ ਨਿੱਕਾ ਜਿਹਾ 8-ਸੀਟਰ ਜਹਾਜ਼ ਸਾਡਾ ਇੰਤਜ਼ਾਰ ਕਰ ਰਿਹਾ ਸੀ। ਤਾਂ ਉਹ ਕਹਿੰਦੇ ਕਿ ਮੇਰੇ ਹੱਥ ਮੇਰੀ ਪਿੱਠ ਪਿੱਛੇ ਐਨ ਸਖਤੀ ਨਾਲ ਬੰਨ੍ਹੇ ਹੋਏ ਸਨ ਕਿ ਹੱਥਕੜੀ ਬੁਰੀ ਤਰ੍ਹਾਂ ਮੇਰੀ ਕੰਗਰੋੜ ਨਾਲ ਵੱਜ ਰਹੀ ਸੀ ਅਤੇ ਮੇਰੇ ਬੁਰੀ ਤਰ੍ਹਾਂ ਦਰਦ ਹੋ ਰਿਹਾ ਸੀ। ਪਰ ਮੈਂ ਮੂੰਹੋਂ ਕੁਝ ਨਾ ਬੋਲਿਆ ਕਿਉਂਕਿ ਇਸ ਨਾਲ ਕਮਜ਼ੋਰੀ ਪ੍ਰਗਟ ਹੋਣੀ ਸੀ, ਜਿਸ ਕਰਕੇ ਮੈਨੂੰ ਪੱਕਾ ਪਤਾ ਸੀ ਕਿ ਉਹਨਾਂ ਨੇ ਇਹਦਾ ਜ਼ਰੂਰ ਫਾਇਦਾ ਉਠਾਉਣਾ। ਇੱਕ ਕਾਫ਼ੀ ਅੱਖੜ ਜਿਹਾ ਪੰਜਾਬੀ ਅਫਸਰ ਸਾਡਾ ਇੰਚਾਰਜ ਸੀ। ਮੈਂ ਆਪਣੇ ਦੰਦ ਕਰੀਚਦਾ ਰਿਹਾ ਅਤੇ ਤਕਲੀਫ ਸਹਿੰਦਾ ਰਿਹਾ। ਸਾਨੂੰ ਬ੍ਰੀਚ ਕਰਾਫਟ 'ਤੇ ਪੜਾ ਨਾਲ ਲਿਆਂਦਾ ਗਿਆ ਅਤੇ ਹੋਮਗਾਰਡ ਰੈਸਟ ਹਾਊਸ ਵਿੱਚ ਰੱਖਿਆ ਗਿਆ। ਸਾਡੀ ਪੁੱਛਗਿੱਛ ਕਰਨ ਲਈ ਇੰਟੈਲੀਜੈਂਸ ਬਿਊਰੋ IB ਅਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ CBI ਤੋਂ ਹੋਰ ਅਫਸਰ ਆ ਗਏ, ਜਿੱਥੋਂ ਮੈਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਗੈਸਟ ਹਾਊਸ ਵਿੱਚ ਲਿਆਂਦੇ ਗਿਆ ਸਾਨੂੰ। ਤਾਂ ਗੈਸਟ ਹਾਊਸ ਲਿਆਂਦੇ ਗਏ ਮੈਜਿਸਟਰੇਟ ਤੋਂ ਮੰਗਣ ਦੇ ਬਾਵਜੂਦ ਹੀ ਮੈਨੂੰ ਫਸਟ ਇਨਫੋਰਮੇਸ਼ਨ ਰਿਪੋਰਟ FIR ਦੀ ਕੋਈ ਕਾਪੀ ਜਾਂ ਤਲਾਸ਼ੀ ਮੀਮੋ ਨਹੀਂ ਦਿੱਤਾ ਗਿਆ। ਪੰਜਾਬ ਤੋਂ ਕਪੂਰ ਨਾਂ ਦੇ ਇੱਕ ਪੁਲਿਸ ਸੁਪਰਡੈਂਟ CID ਨੇ ਮੇਰੇ ਹੱਥਕੜੀ ਲੱਗੇ ਹੱਥਾਂ ਵਿੱਚ ਹੀ ਨਜ਼ਰਬੰਦੀ ਹੁਕਮ ਨੂੰ 99 75 SDSB/2 28 November 1984 ਨੂੰ ਫੜਾਇਆ ਅਤੇ ਮੇਰੇ ਦਸਤਖਤ ਕਰਵਾਏ, ਜੋ ਮੈਂ ਸਮਝ ਗਿਆ ਕਿ ਇਹ ਨਜ਼ਰਬੰਦੀ ਦਸਤਾਵੇਜ਼ ਸੀ। ਅਫਸਰ ਬੜੇ ਅੱਖੜ ਸਨ ਪਰ ਤਸੀਹੇ ਮੈਨੂੰ ਕੋਈ ਨਹੀਂ ਦਿੱਤੇ। ਫਿਰ ਮੈਨੂੰ ਬਰਾਬਰ ਬਾਰਡਰ ਸਿਕਿਉਰਿਟੀ ਫੋਰਸ BSF ਦੇ ਜਹਾਜ਼ ਵਿੱਚ ਪਟਨਾ ਤੋਂ ਦਿੱਲੀ ਲਿਆਂਦਾ ਗਿਆ ਅਤੇ 5 December 1984 ਨੂੰ ਹੈਲੀਕਾਪਟਰ ਰਾਹੀਂ ਫਿਰ ਭਰਤਪੁਰ ਨੂੰ। ਸੋ ਤਸੀਹਾ ਇਹਨੂੰ ਕੋਈ ਨਹੀਂ ਦਿੱਤਾ, ਇਹ ਖੁਦ ਕਹਿ ਰਿਹਾ ਮਾਨ ਸਾਹਿਬ, ਠੀਕ ਹੈ ਜੀ। ਇਹ ਵਿਵਾਦ ਮਾਵੇ ਜੇਲ੍ਹ ਚਲੇ ਗਿਆ, ਇਹ ਫਿਰ ਇਹਨੇ ਜੇਲ੍ਹ ਕੱਟੀ। ਬਸ ਜੇਲ੍ਹ ਦੀਆਂ ਚਿੱਠੀਆਂ ਵੀ ਇਹਦੀਆਂ ਮੌਜੂਦ ਹੈ ਸਾਰੀਆਂ, ਜਿਹਦੇ ਵਿੱਚ ਕੋਈ ਐਡੀ ਗੱਲ ਨਹੀਂ ਹੈਗੀ, ਠੀਕ ਹੈ ਜੀ। ਇੱਦਾਂ 84 ਦੇ ਵਿੱਚ ਇਹਦੇ ਨਾਲ ਹੋਇਆ ਅਤੇ ਇੱਦਾਂ ਇਹ ਮਾਨ ਸਾਹਿਬ ਫੜ ਹੋਏ ਸਨ, ਠੀਕ ਹੈ ਜੀ। ਸੋ ਇਹ ਸੀ ਅੱਜ ਦੀ ਵੀਡੀਓ, ਇਹ ਹੈ ਜਾਣਕਾਰੀ ਇਹਦੇ ਬਾਰੇ, ਕਿੱਦਾਂ ਫੜਿਆ, ਕੀ ਇਹਨੇ ਕੀਤਾ, ਕੀ ਨਹੀਂ। ਹੁਣ ਤੁਸੀਂ ਆਪ ਸੋਚੋ ਵੀ ਕੀ ਕਰਨਾ ਕੀ ਨਹੀਂ। ਸੋ ਇਹ ਸੀ ਗੱਲਬਾਤ ਅੱਜ ਦੀ। ਸੋ ਮਿਲਦੇ ਹਾਂ ਅਗਲੀ ਜਾਣਕਾਰੀ, ਉਹ ਤੱਕ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।